ਹਾਂਜੀ ਦੋਸਤੋ, ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਤੁਹਾਨੂੰ ਆਪਾਂ ਇੱਕ ਐਸੀ ਲੋਕੇਸ਼ਨ ਦੇ ਉੱਤੇ ਲੈ ਕੇ ਆਏ ਹਾਂ ਅਤੇ ਜਦੋਂ ਤੁਸੀਂ ਇਹ ਲੋਕੇਸ਼ਨ ਦੇਖੋਗੇ ਤਾਂ ਤੁਸੀਂ ਵੀ ਤਾਰੀਫ ਜ਼ਰੂਰ ਕਰੋਗੇ। ਸੋ ਦੋਸਤੋ, ਹੁਣ ਆਪਾਂ ਤੁਹਾਨੂੰ ਉਹ ਲੋਕੇਸ਼ਨ ਦਿਖਾਉਣ ਲੱਗੇ ਹਾਂ ਅਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਸਾਹਮਣੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹ ਹਾਈਵੇ ਆ, ਅਸੀਂ ਹਾਈਵੇ ਦੇ ਉੱਤੇ ਖੜ੍ਹੇ ਹਾਂ। ਹਾਈਵੇ ਦੇ ਨਾਲ ਹੀ ਲੱਗਦੀ ਇਹ ਜਿਹੜੀ ਜਗ੍ਹਾ ਬਣੀ ਹੋਈ ਆ, ਇਹ ਹਾਈਵੇ ਦੇ ਨਾਲ ਜਿਹੜਾ ਇੱਕ ਪਾਰਕ ਬਣਿਆ ਹੋਇਆ, ਬਹੁਤ ਘੈਂਟ ਪਾਰਕ ਆ, ਤੁਹਾਨੂੰ ਦਿਖਾਉਣੇ ਆ। ਦੋਸਤੋ ਪਹਿਲਾਂ ਹਾਈਵੇ ਦੇ ਉੱਤੋਂ ਜਦੋਂ ਇਹ ਹਾਈਵੇ ਬਣਿਆ, ਇਹ ਬਠਿੰਡਾ ਚੰਡੀਗੜ੍ਹ ਰੋਡ ਹੈ ਬਰਨਾਲੇ ਦੇ ਕੋਲ। ਜਦੋਂ ਇਹ ਹਾਈਵੇ ਨਵਾਂ ਬਣਿਆ ਸੀ ਤਾਂ ਇੱਥੋਂ ਸਾਰੇ ਦਰੱਖਤ ਕੱਟਦੇ ਸੀਗੇ, ਪਰ ਦੋਸਤੋ ਉਸ ਤੋਂ ਬਾਅਦ ਇੱਥੇ ਦਰੱਖਤ ਲਗਾਏ ਗਏ, ਕਾਫੀ ਤਾਦਾਦ ਦੇ ਵਿੱਚ ਦਰੱਖਤ ਕੱਟ ਵੀ ਦਿੱਤੇ ਨੇ, ਕਿਉਂਕਿ ਪੂਰੇ ਰੋਡ ਦੇ ਉੱਤੇ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਜ਼ਿਆਦਾ ਦਰੱਖਤ ਕੱਟੇ ਹੋਏ ਨੇ। ਸਾਹਮਣੇ ਦੇਖ ਸਕਦੇ ਹੋ ਤੁਸੀਂ ਵੀ ਜਿਹੜਾ ਪਾਰਕ ਹੈ ਬਹੁਤ ਸੋਹਣਾ ਬਣਿਆ ਹੋਇਆ ਅਤੇ ਇੰਨੇ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਰੁੱਖ ਲੱਗੇ ਹੋਏ ਨੇ, ਇੱਕ ਜੰਗਲ ਬਣਾ ਤਾ। ਤੁਸੀਂ ਵੀ ਇਸ ਜੰਗਲ ਨੂੰ ਦੇਖ ਕੇ ਖੁਸ਼ ਜ਼ਰੂਰ ਹੋਵੋਗੇ ਅਤੇ ਤੁਹਾਨੂੰ ਅਸੀਂ ਇਸ ਦੇ ਅੰਦਰ ਲਿਆ ਕੇ ਵੀ ਦਿਖਾਵਾਂਗੇ ਵੀ ਕਿੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਬੂਟੇ ਲਗਾ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਦੋਸਤੋ ਤੁਸੀਂ ਹੁਣ ਦੇਖ ਸਕਦੇ ਹੋ ਵੀ ਅਸੀਂ ਉਸ ਦੇ ਅੰਦਰ ਆ ਚੁੱਕੇ ਹਾਂ ਅਤੇ ਤੁਹਾਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ, ਅੱਗੇ ਦਿਖਾਵਾਂਗੇ। ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਮੀਂਹ ਜ਼ਿਆਦਾ ਆਉਣ ਕਰਕੇ ਇਸ ਜਗ੍ਹਾ ਦੇ ਉੱਤੇ ਪਾਣੀ ਕਾਫੀ ਵੱਡੀ ਮਾਤਰਾ ਦੇ ਵਿੱਚ ਖੜ੍ਹ ਗਿਆ ਅਤੇ ਜਿਸ ਕਰਕੇ ਇੱਥੇ ਅੰਦਰ ਜਾਣਾ ਥੋੜ੍ਹਾ ਜਿਹਾ ਮੁਸ਼ਕਲ ਆ। ਇਸ ਕਰਕੇ ਤੁਹਾਨੂੰ ਅਸੀਂ ਇੱਕ ਸਾਈਡ ਦੇ ਉੱਤੋਂ ਹੀ ਦਿਖਾਵਾਂਗੇ। ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਅਸੀਂ ਇਸ ਰਸਤੇ ਵਿੱਚ ਦੀ ਜਾ ਕੇ ਤੁਹਾਨੂੰ ਇਹ ਪੂਰਾ ਜੰਗਲ ਦਿਖਾਵਾਂਗੇ। ਇਹ ਜਿਹੜਾ ਜੰਗਲ ਬਣਿਆ ਗਾ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ। ਦੋਸਤੋ ਇਸ ਜੰਗਲ ਨੂੰ ਤਿਆਰ ਕਰਨ ਦੇ ਵਿੱਚ ਬਹੁਤ ਸਾਲ ਲੱਗ ਗਏ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਉਹਨਾਂ ਦੀ ਹੌਸਲਾ ਅਫਜਾਈ ਜ਼ਰੂਰ ਹੋਵੇ। ਅਤੇ ਅੱਗੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਇਹ ਜਿਹੜਾ ਉਪਰਾਲਾ ਗਾ ਕਿਹਦੇ ਵੱਲੋਂ ਕੀਤਾ ਗਿਆ ਗਾ। ਸਾਹਮਣੇ ਦੇਖ ਸਕਦੇ ਹੋ ਦੋਸਤੋ, ਨਾਲ ਨਾਲ ਕੁਛ ਫਲਦਾਰ ਬੂਟੇ ਵੀ ਲੱਗੇ ਹੋਏ ਨੇ। ਅੱਗੇ ਲੈ ਕੇ ਚੱਲਦੇ ਹਾਂ, ਅੱਗੇ ਬੈਠਣ ਵਾਸਤੇ ਵੀ ਇਹਨਾਂ ਨੇ ਵਧੀਆ ਜਗ੍ਹਾ ਬਣਾਈ ਹੋਈ ਹੈ ਜਿੱਥੇ ਤੁਸੀਂ ਬੈਠ ਸਕਦੇ ਹੋ। ਵੈਸੇ ਦੋਸਤੋ ਇਹ ਜਿਹੜਾ ਪਾਰਕ ਬਣਿਆ ਹੋਇਆ ਇਹ ਹਾਈਵੇ ਰੋਡ ਦੇ ਉੱਤੇ ਹੈ, ਬਿਲਕੁਲ ਆਸੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਓਵਰ ਬ੍ਰਿਜ ਨੇ, ਜਿਹੜੇ ਵੱਡੇ ਪੁਲ ਬਣੇ ਹੋਏ ਨੇਗੇ। ਇਹ ਜਿਹੜੇ ਬ੍ਰਿਜ ਸੀਗੇ ਇਹ ਬਾਦਲ ਸਰਕਾਰ ਵੇਲੇ ਬਣੇ ਸੀਗੇ, ਸੈਂਟਰ ਸਰਕਾਰ ਵੱਲੋਂ ਇਹ ਜਿਹੜੇ ਬ੍ਰਿਜ ਨੇ ਉਸ ਟਾਈਮ ਬਣਾਏ ਗਏ ਸੀਗੇ। ਅਤੇ ਹੌਲੀ ਹੌਲੀ ਇੱਥੇ ਜਿਹੜੇ ਦਰੱਖਤ ਨੇ ਹੁਣ ਉਸ ਤੋਂ ਬਾਅਦ ਲਗਾਏ ਨੇ। ਇਹ ਤੁਸੀਂ ਦੇਖ ਸਕਦੇ ਹੋ ਇੱਕ ਸ਼ੈੱਡ ਬਣਿਆ ਹੋਇਆ, ਇੱਥੇ ਲੋਕ ਬੈਠੇ ਨੇਗੇ। ਇਹ ਦੋਸਤੋ ਤਿੰਨ ਚਾਰ ਜਣੇ ਜਿਹੜੇ ਬੈਠੇ ਨੇਗੇ ਇਹ ਇਸ ਬਾਗ ਦੀ, ਇਸ ਜੰਗਲ ਦੀ ਸਾਂਭ ਸੰਭਾਲ ਵਾਸਤੇ ਬੈਠੇ ਨੇ। ਇਹਨਾਂ ਦੀ ਪੱਕੀ ਡਿਊਟੀ ਹੈ ਇੱਥੇ ਇਹਨਾਂ ਦੀ ਸਾਂਭ ਸੰਭਾਲ ਵਾਸਤੇ। ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਉਪਰਾਲਾ ਕੀਤਾ ਗਾ ਇਹਨਾਂ ਵੱਲੋਂ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਬਹੁਤ ਆਨੰਦ ਆਇਆ। ਦੋਸਤੋ ਇੰਨੀ ਵੱਡੀ ਤਾਦਾਦ ਦੇ ਵਿੱਚ ਰੁੱਖ ਇੱਕ ਥਾਂ 'ਤੇ ਲੱਗੇ ਹੋਣ ਨਾਲ ਇੱਕ ਬਹੁਤ ਵਧੀਆ ਵਿਊ ਬਣਦਾ ਗਾ।
ਅਤੇ ਦੇਖ ਕੇ ਵੀ ਮਨ ਖੁਸ਼ ਹੁੰਦਾ ਗਾ। ਠੰਡਾ ਠੰਡਾ ਮੌਸਮ ਹੈ ਅਤੇ ਉੱਤੋਂ ਜਦੋਂ ਚਾਰੇ ਪਾਸੇ ਹਰਿਆਲੀ ਮੱਥੇ ਲੱਗਦੀ ਆ ਤਾਂ ਨਜ਼ਾਰਾ ਆ ਜਾਂਦਾ। ਆਹ ਕਿਸੇ ਨੇ ਲਿਖਿਆ, ਕਹਿੰਦਾ ਇੱਕ ਰੁੱਖ ਸੌ ਸੁੱਖ। ਇਹ ਬਿਲਕੁਲ ਸੱਚ ਆ ਦੋਸਤੋ, ਇਹ ਸਾਲ ਜਿਹੜਾ ਤਾਪਮਾਨ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਗਾ, ਇਸ ਕਰਕੇ ਰੁੱਖ ਵੱਧ ਤੋਂ ਵੱਧ ਲਗਾਓ। ਇਹ ਜਿਹੜਾ ਉਪਰਾਲਾ ਗਾ ਇਹ ਕੁਦਰਤ ਪਾਰਕ IOL ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਗਾ। IOL ਇੱਕ ਫੈਕਟਰੀ ਹੈ ਅਤੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ।